आज हम पहुंचे हैं गुरु नानक देव यूनिवर्सिटी में शाम के सात बजे हैं और आपको दिखाते हैं कि यूनिवर्सिटी को दुल्हन की भांति सजाया गया है क्योंकि यूनिवर्सिटी कावंजा फिफ्टी वन स्थापना दिवस है ये देखिए हम गुरु नानक देव यूनिवर्सिटी के गेट पर खड़े हैं और गुरु नानक देव यूनिवर्सिटी को पूरी तरह दुल्हन से सजाया गया है हम अब आपको इस अंदर ले जाएंगे और बात करेंगे यूनिवर्सिटी के वाइस चांसलर डॉक्टर जसपाल सिंह संधू के साथ देख रहे तमाम तो दोस्तों को दीपक दीपकुन का नमस्कार आज हम पहुंचे हैं देव यूनिवर्सिटी में आज बता दें कि स्थापना दिवस है यूनिवर्सिटी का मनाया जा रहा है वर्ष उन्नीस सौ उनहत्तर में गुरुनानक देव यूनिवर्सिटी की स्थापना हुई थी और बिशन सिंह समुद्री इसके पहले वाइस चांसलर थे तब चंद डिपार्टमेंट बनाए गए थे सबसे पहले यहाँ पर लाइब्रेरी बनाई गई थी अमृतसर अगर बात करें हम पूरे पंजाब की तो पंजाब में इस समय तीन यूनिवर्सिटियां हैं और ये गुरुनानक देव यूनिवर्सिटी को ही इस बात का सम्मान गौरव हासिल है ये ए प्लस प्लस कैटेगरी की यूनिवर्सिटी है और अमृतसर के लिए बड़े ही गौरव की बात है पंजाब के लिए भी गौरव की बात है कि गुरु नानक देव यूनिवर्सिटी को पूरे देश में सेकेंड क्लीनेस्ट यूनिवर्सिटी यानी कि दूसरी सबसे साफ यूनिवर्सिटी होने का खिताब मिला है ये तेईस बार इस यूनिवर्सिटी में मौलाना अब्दुल कलाम आज़ाद ट्रॉफी जीती है स्पोर्ट्स की अहम ट्रॉफी होती है यूनिवर्सिटियों के मुकाबले होते हैं उसमें जो भी जीता है उसे ये ट्रॉफी दी जाती है और हमारे लिए सम्मान की बात है कि तेईस बार गुरु नानक देव यूनिवर्सिटी की ओर से ये ट्रॉफी जीती गई है हमारे साथ हैं गुरुनानक देव यूनिवर्सिटी के वाइस चांसलर डॉक्टर जसपाल सिंह संधू इनसे बात करते हैं इकवंजवा स्थापना दिवस मनाया जा रहा है कोरोना काल है क्या क्या एहतियात रखे गए हैं सत श्रीकाल डॉक्टर साहब पहले तो थोड़ा डी फो यू न्यूज़ चैनल स्वागत है डॉक्टर साहब थैंक यू सो मच जी मेहरबानी बहुत ਅੱਛਾ ਸੋਰੀ ਕੋਨਵਾ ਸਥਾਪਨਾ ਦਿਵਸ ਮਨਾ ਰਿਹਾ ਮਨਾਇਆ ਜਾ ਰਿਹਾ ਤੁਹਾਡਾ ਤੇ ਤੁਹਾਨੂੰ ਪਹਿਲੇ ਤੇ ਬਹੁਤ ਬਹੁਤ ਮੁਬਾਰਕਾਂ ਜੀ ਇਹਦੀਆਂ ਤੇ ਇਸ ਵਾਰੀ ਕਿਸ ਤਰ੍ਹਾਂ ਡਾਕਟਰ ਸਾਹਿਬ ਤੁਸੀਂ ਮਨਾ ਰਹੇ ਹੋ ਦੇਖੋ ਦੋ ਹੀ ਫੰਕਸ਼ਨ ਯੂਨੀਵਰਸਿਟੀ ਦੇ ਬੜੇ ਐਮ ਹੁੰਦੇ ਆ ਇੱਕ ਤਾਂ ਫਾਊਂਡੇਸ਼ਨ ਡੇ ਬਹੁਤ ਐਮ ਹੁੰਦਾ ਜਿੱਦੇ ਚ ਸਿਵਲ ਸੋਸਾਇਟੀ ਵੀ ਸਾਡੇ ਨਾਲ ਆਂਦੀ ਹੈ ਐਂਡ ਬੜੇ ਬੜੇ ਲੈਕਚਰ ਹੁੰਦੇ ਨੇ ਲੰਗਰ ਹੁੰਦਾ ਨਾਲ ਸਾਰੇ ਬੱਚੇ ਹੀ ਪਾਰਟਿਸਪੇਟ ਕਰਦੇ ਆ ਤੇ ਦੂਜਾ ਸਾਡੀ ਕਨਵੋਕੇਸ਼ਨ ਹੁੰਦੀ ਹੈ ਜਿਹਦੇ ਰੈਗੂਲਰ ਫੀਚਰਿੰਗ ਦੇ ਮੰਥ ਆਫ ਫੈਬਰੂਰੀ ਮਾਰਚ कोरोना ਕਰਕੇ ਸਾਡਾ ਫਾਊਂਡੇਸ਼ਨ ਡੇ ਜਿਹੜਾ ਹੈਗਾ ਉਹ ਦਾ ਡਿਸਟਰਪਟ ਹੋ ਹੀ ਗਿਆ ਅੱਜ ਅਸੀਂ 파ਟ ਰਖਾਤਾ ਸੀ ਸਵੇਰੇ ਤੇ ਉਹ ਦਾ ਭੋਗ ਪੈ ਜਾਏਗਾ ਪਰਸੋ 24 ਤਰੀਕ ਨੂੰ ਭੋਗ ਪੈ ਜਾਏਗਾ ਬਟ ਅਸੀਂ ਐਸ ਟਾਈਮ ਦੋ ਲੰਗਰ ਨਹੀਂ ਕਰ ਰਹੇ बिकॉज ਸਾਨੂੰ ਮਨਾਈ ਹੈ ਕਿ ਨੰਬਰ ਆਫ ਬੰਦੇ ਜਿਹੜੇ ਉਹ ਤੋਂ ਬਿਜੌਣ ਨਹੀਂ ਜੀ ਬਿਠਾ ਸਕਦੇ ਤੇ ਦੋ ਲੈਕਚਰ ਅਸੀਂ ਲੈਕਚਰ ਸੀਰੀਜ਼ ਅਸੀਂ ਬੰਦ ਨਹੀਂ ਕਰ ਰਹੇ ਅੱਗੇ ਦਾ ਵਰਚੁਅਲ ਫਿਜ਼ੀਕਲ ਲੈਕਚਰ ਬਣ ਦੇ ਸੀ ਕਿ ਬਹੁਤ ਐਮਿਨੈਂਟ ਲੋਕ ਕਿ ਸਾਡੇ ਕੋ ਆਉਂਦੇ ਸੀਗੇ ਜਿਦਾ ਫਾਰਮਰ ਚੇਅਰਮੈਨ UGC ਵੀ.ਐਸ. ਚੋਹਾਨ ਸਾਹਿਬ ਆਏ ਸੀਗੇ ਕੁੜੀ ਜਬੇਰੇ ਹੁੰਦੀ ਹੈ ਆਏ ਸੀਗੇ ਸੀ ਸੀ ਰਵੀ ਸ਼ੰਕਰ ਆਏ ਸੀਗੇ ਡਾਕਟਰ ਚਰਨ ਸਿੰਘ ਆਏ ਸੀਗੇ ਪੰਜਾਬ ਸਿੰਧ ਬੈਂਕ ਦੇ ਜਿਹੜੇ ਐਗਜ਼ੀਕਟਿਵ ਚੇਅਰਮੈਨ ਉਹ ਆਏ ਸੀਗੇ ਹਰ ਵਾਰੀ ਇਦਾਂ ਇਦਾਂ ਹੀ ਕੋਈ ਨਾ ਕੋਈ ਬਈ ਇਸ ਵਾਰੀ ਅਸੀਂ ਨਦੀਪ ਸਿੰਘ ਸੂਰੀ ਸਾਹਿਬ ਨੇ ਹੈ ਬੈਸਟਰ ਰਹੇ ਨੇ ਈਜੀਪਟ ਵਿੱਚ ਤੇ ਯੂਏਈ ਦੇ ਵਿੱਚ ਐਂਡ ਸਾਡੇ ਹੀ ਲਿਊਮਨਸ ਨੇ ਉਹਨਾਂ ਨੂੰ ਪਹਿਲਾ ਲੈਕਚਰ ਹੁੰਦਾ ਹੋਏਗਾ ਜਿਹੜਾ ਕਨਸਰਨਿੰਗ ਐਡਮਿਨਿਸਟ੍ਰੇਸ਼ਨ ਹੋਏਗਾ ਜਨਰਲ ਟਾਪਿਕ ਤੇ ਹੁੰਦਾ ਹੈ ਸੈਕੰਡ ਲੈਕਚਰ ਜਿਹੜਾ ਸਾਡਾ ਆਲਵੇਸ ਇਨਵੇਰੀਬਲੀ ਯਰ ਰਿਲੀਜੀਅਸ ਹੁੰਦਾ ਜਿਹਦੇ ਵਿੱਚ ਇੰਟਰਫੇਸ ਦੀ ਗੱਲ ਕੀਤੀ ਜਾਂਦੀ ਕਿ ਟੋਲਰੇਂਸ ਕਿੱਦਾਂ ਹੁੰਦੀ ਕੀ ਹੁੰਦੀ ਉਹ ਮਿਸਟਰ ਜੁਗੇਸ਼ਵਰ ਸਿੰਘ ਨੇ ਫਾਰਮਰ ਆਈਐਸ ਆਫਸਰ ਨੇ ਪੰਜਾਬ ਦੇ ਇੰਡੀਆ ਦੇ ਪਰ ਸੈਟਲਡ ਇਨ ਸਵਿਟਜ਼ਰਲੈਂਡ ਆਫਟਰ ਰਿਟਾਇਰਮੈਂਟ ਹੀ ਵਿਲ ਬੀ ਵਰਚੂਅਲੀ ਆਨਲਾਈਨ ਉਹਦੇ ਵਾਸਤੇ ਜਿੰਨਾ ਵੀ ਲੈਕਚਰ ਦੋਨੋਂ ਜ 1-2 ਘੰਟੇ ਚੱਲਦੇ ਆ ਉਸ ਤੋਂ ਬਾਅਦ ਇਹ ਲਾਈਵ ਸਟ੍ਰੀਮ ਕਰਾਂਗੇ ਸਾਰੇ ਫਿਲੀਏਟ ਕਾਲਜਿਕ ਕਨਸਟੈਂਟ ਕਾਲਜ ਲਾਈਵ ਸਟ੍ਰੀਮ ਹੋਏਗਾ ਐਂਡ ਲੋਕੀ ਘਰ ਬੈਠੇ ਦੇਖ ਸਕਣਗੇ ਬਟ ਉਹ ਜਿਹੜਾ ਜਿਹੜਾ ਗਲੈਮਰ ਹੁੰਦਾ ਫਾਊਂਡੇਸ਼ਨ ਨੇ ਦਾ ਜਦੋਂ ਅਸੀਂ ਸਿਵਲ ਸੁਸਾਇਟੀ ਨੂੰ ਬੁਲਾਉਂਦੇ ਆ ਨਾ ਇੰਟਰੈਕਟ ਕਰਦੇ ਆ ਸਾਡੇ ਵਾਸਤੇ ਬੜੀ ਮਾਨ ਦੀ ਗੱਲ ਹੁੰਦੀ ਹੈ ਕਿ ਬੜੇ ਐਮੀਨੈਂਟ ਲੋਕੀ ਅਮਰਸਰ ਦੇ ਜਲੰਧਰ ਦੇ ਪਟਿਆਲਾ ਗੁਰਦਾਸਪੁਰ ਠਾਨਕੋਟ ਦੇ ਆਉਂਦੇ ਆ ਉਹ ਇਸ ਟਾਈਮ ਤੇ ਵੀ ਹੈ ਮਿਸਿੰਗ दैट ਕਿਉਂਕਿ ਇਹ ਸਾਡੇ ਇਸ ਵਾਰ ਇਹ ਨਹੀਂ ਪੋਸੀਬਲ ਹੋ ਰਿਹਾ ਡਾਕਟਰ ਸਾਹਿਬ ਇਸ ਵਾਰੀ ਬਿਲਕੁਲ ਵਰਚੁਅਲ ਮੀਟਿੰਗ ਹੋਏਗੀ ਕੁਝ ਲੋਕ ਲੋਕਲ ਐਡਮਿਨਿਸਟ੍ਰੇਸ਼ਨ ਤੋਂ ਵੀ ਨਹੀਂ ਬੁਲਾਏ ਜਾ ਰਹੇ ਨਹੀਂ ਜੀ ਅਸੀਂ ਅੱਜ ਵੀ ਜਦੋਂ ਨਾਮ ਜਦੋਂ ਅਸੀਂ ਪਾਰਟ ਰਖਾਈਦਾ ਸੀ ਸਾਡੇ ਆਲਮੋਸਟ ਯਾਰ ਡੇਡਜ਼ ਹਜ਼ਾਰ ਆਦਮੀ ਇਕੱਠਾ ਹੁੰਦਾ ਸੀ ਅੱਜ ਅਸੀਂ ਪਾਰਟ ਟਾਈਮ ਦੇ ਉੱਤੇ ਵੀ ਇਨੀਸ਼ially ਬਿਕੋਜ਼ ਥੋੜਾ ਜਿਹਾ ਸਾਡੀ ਯੂਨੀਵਰਸਿਟੀ ਖੁੱਲ ਗਈ ਹੈ ਤੁਹਾਨੂੰ ਸ਼ਾਇਦ ਪਤਾ ਹੋਣਾ ਕਿ 16 ਤਰੀਕ ਨੂੰ ਅਨਵਰਸ ਅਸੀਂ ਬੱਚੇ ਅਲਾਉ ਕਰ ਦਿੱਤੇ ਸਾਇੰਸ ਸਟਰੀਮ ਦੇ ਤੇ ਮਿਲ ਜਿੱਥੇ ਹੈਂਡਸ-ਆਨ ਟ੍ਰੇਨਿੰਗ ਹੁੰਦੀ ਹੈ ਫਾਈਲイヤー ਸਟੂਡੈਂਟਸ ਅਲਾਉ ਕਰਤੇ ਬੱਚੇ ਆ ਵੀ ਗਏ ਨੇ ਸੋ ਵੀ ਡੋਨਟ ਵਾਂਟ ਕਿ ਇਸ ਟਾਈਮ ਤੇ ਕੋਈ ਵੀ ਮਿਸਐਪ ਹੋਵੇ ਕਰੋਨਾ ਸਪਰੈਡ ਹੋਵੇ ਜਾਂ ਕੁਝ ਹੋਵੇ ਸੋ ਅਸੀਂ ਅੱਜ ਵੀ ਪਾਰਟ-ਟਾਈਮ ਦੇ ਉੱਤੇ ਹੀ ਬੜਾ ਲਿਮਿਟਿਡ ਗੈਦਰਿੰਗ ਕੀਤੀ ਜਦੇ ਵਿੱਚ ਪੂਰਾ ਸੋਸ਼ਲ ਡਿਸਟੈਂਸਿੰਗ ਮੇਨਟੇਨ ਕੀਤੀ ਐਂਡ ਕੁਝ ਬੰਦੇ ਹੀ ਚੰਦ ਬੰਦੇ ਜਿਹੜਾ ਆਫੀਸਰਸ ਜਿਹੜੇ ਹੈਗੇ ਸੀ ਯੂਨੀਵਰਸਿਟੀ ਦੇ ਐਂਡ ਏਮਪਲੋਇਜ਼ ਐਂਡ ਕੁਝ ਸਟੂਡੈਂਟਸ ਪਰਟੀਸਿਪੇਟ ਕੀਤਾ ਇਦਾਂ ਹੀ ਅਸੀਂ ਉਹਨੂੰ ਇਦਾਂ ਹੀ ਕਰਨਾ ਪੈ ਰਿਹਾ ਮਜਬੂਰੀ ਹੈ ਇਸ ਤਰ੍ਹਾਂ ਕੋਈ ਚਾਰਾ ਨਹੀਂ ਹੈ ਸਾਡੇ ਪਾਸ ਹਾਂ ਅਛਾ ਡਾਕਟਰ ਸਾਹਿਬ ਤੁਸੀਂ ਕਹਿਆ ਯੂਨੀਵਰਸਿਟੀ ਖੁੱਲ ਗਈ ਹੈ ਸਰ ਕਿਹੜੇ ਕਿਹੜੀ ਕਲਾਸਿਸ ਨੂੰ ਬੁਲਾਇਆ ਗਿਆ ਤੇ ਕਿਆ ਹੋਸਟਲ ਵੀ ਖੋਲ ਦਿੱਤੇ ਗਏ ਹਾਂ ਹਾਂਜੀ ਹੋਸਟਲ ਦੇ ਤਾਂ ਪਹਿਲਾਂ ਖੋਲਣਾ ਜ਼ਰ ਅਸੀਂ preference ਦੇ ਰਹੇ ਹਾਂ ਉਹ ਬੱਚਿਆਂ ਨੂੰ ਜਿਹੜਾ ਦੇ ਜਿਹੜੇ ਆਊਟਸਾਈਡ ਸਟੇਟ ਯੂਨੀਵਰਸਿਟੀ ਦੇ ਹੈਗੇ ਨੇ ਜਿਹੜੇ ਬਾਹਰੋਂ ਸਟੇਟ ਤੋਂ ਆਣਾ ਹੈਗਾ ਉਹ ਤੋਂ ਬਾਅਦ ਡਿਸਟੈਂਸ ਦੇ ਹਸਾਰ ਨਾਲ preference ਦਿੱਤੀ ਜਾਏਗੀ ਹੁਣ ਤੱਕ 600 ਬੱਚੇ ਨੇ ਅਪਲਾਈ ਕੀਤਾ ਹੈਗਾ ਆਨਲਾਈਨ ਸਾਡੇ ਉਸਤਲਾ ਵਾਸਤੇ ਤੇ ਕੁਝ ਬੱਚੇ 50 60 ਬੱਚੇ ਆ ਵੀ ਗਏ ਹੈਗੇ ਬੜੇ ਚਿਰਾਂ ਬਾਅਦ ਮੈਂ 7-8 ਮਹੀਨਿਆਂ ਬਾਅਦ ਯੂਨੀਵਰਸਿਟੀ ਕੋਈ ਰੰਗਤ ਇਸ ਰਹੀ ਹੈ ਨਹੀਂ ਤਾਂ ਇਹ ਆਰਮਸ ਮੋਰਬਿਡ ਕਰਨ ਦੇ ਹਾਲਾਤ ਹੋ ਗਏ ਸੀ ਕਿ ਕੋਈ ਦਸਤਾ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਆਨਲਾਈਨ ਲੈਕਚਰ ਲਈ ਜਾਓ ਪਰ ਜਿਹੜੇ ਜਿਹੜੇ ਫੇਸ ਟੂ ਫੇਸ ਇੰਟਰੈਕਸ਼ਨ ਹੁੰਦੀ ਹੈ ਜਿਹੜਾ ਬੱਚੇ ਨੂੰ ਮਿਲਣਾ ਹੁੰਦਾ ਉਹਦਾ ਐਕਸਪ੍ਰੈਸ਼ਨ ਵੇਖਣੇ ਹੁੰਦੇ ਤੁਸੀਂ ਉਹਨਾਂ ਨਾਲ ਗੱਲ ਕਰਨੀ ਉਹ ਨਹੀਂ ਸੀਗਾ ਪਰ ਆ ਹੁਣ ਕੁਝ 2-4 ਦਿਨਾਂ ਅਜਮੈਂ ਹੁਣ ਵੀ ਸੈਰ ਕਰਕੇ ਆ ਕਾਫੀ ਬੱਚਿਆਂ ਦੀ ਰੌਣਕ ਹੈ ਤੇ ਚੰਗਾ ਲੱਗ ਰਿਹਾ ਹੈ ਡਾਕਟਰ ਸਾਹਿਬ ਜਿਵੇਂ ਦੇਖਿਆ ਜਾ ਰਿਹਾ ਹੈ ਕਿ ਸੈਕੰਡ ਲੇਅਰ ਆ ਰਹੀ ਹੈ ਕਰੋਨਾ ਦੀ ਤੁਸੀਂ ਜਿਹੜੇ ਬੱਚੇ ਪਲਸ ਨਾਲ ਜਿਹੜੇ ਤੁਹਾਡੇ ਜੇਨੀਮ ਫੈਕਿਲਟੀ ਹੈ ਉਹਨਾਂ ਦਾ ਟੈਸਟ ਮੰਡੈਟਰੀ ਕੀਤਾ ਕਰੋਨਾ ਦਾ ਦੇਖੋ ਜੀ ਸਾਡੀ ਅਸੀਂ ਸਾਡੇ ਮੰਗਲਵਾਰ ਨੂੰ ਅਸੀਂ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਇਨ ਕੰਟੈਕਟ ਹੈਗੇ ਆਂ ਵੈਨ ਤੇ ਦਿਨੇ ਸਾਡੇ ਆ ਕੇ ਅਸੀਂ ਫਾਰਮ ਭਰ ਕੇ ਕੋਈ ਵੀ ਟੈਸਟ ਕਰਵਾ ਸਕਦਾ ਐ ਫ੍ਰੀ ਟੈਸਟ ਕੀਤੇ ਜਾ ਰਹੇ ਨੇ ਪਰਸੋਂ ਕਤ 73 ਟੈਸਟ ਹੋਏ ਸੀਗੇ ਇਹਦਾ ਕੋਵਿਡ ਦੇ ਅਸੀਂ ਫੇਰ ਹਰ ਮੰਡੇ ਨੂੰ ਫੇਰ ਬੁਲਾਵਾਂ ਕੱਲ ਫੇਰ ਆਣਗੇ ਵੈਨਸਡੇ ਫੇਰ ਆਉਣਗੇ ਇਹ ਤੇ ਇੱਕ ਆਨ ਗoing ਪ੍ਰੋਸੈਸ ਹੈਗਾ ਬਟ ਫੋਰਚਨਟਲੀ ਹਾਲ ਤੱਕ ਅਸੀਂ ਬਚੇ ਹੋਏ ਇਨੀ ਕੋਈ ਮੇਜਰ ਪ੍ਰੋਬਲਮ ਨਹੀਂ ਆ ਰਹੀ ਬਾਕੀ ਜਿਹੜਾ ਜਿਹੜਾ ਬੰਦਾ ਟੈਸਟ ਕਰਾਉਣਾ ਚਾਹੁੰਦਾ ਉਹਨੂੰ ਅਸੀਂ ਕਰਾ ਰਹੇ ਹਾਂ ਪਲੱਸ ਅਸੀਂ ਜਿਹੜਾ ਹਰ ਹੈਲਥ ਸਰਵਿਸਿਜ਼ ਦੇ ਵਿੱਚ ਜਿਹੜਾ ਸਾਡਾ ਹੈਲਥ ਸੈਂਟਰ ਹੈ ਉਹਨਾਂ ਨੇ ਅਪਗ੍ਰੇਡ ਬਹੁਤ ਕੀਤਾ ਇੱਕ ਤਾਂ ਅਸੀਂ ਐਮਬੂਲੈਂਸ ਜਿਹੜੀ ਹੈਗੀ ਹੈ ਲੇਟੈਸਟ ਤੇ ਲਈ ਹੈ ਸੋ ਥੈਟ ਜੇ ਕੋ ਟ੍ਰਾਂਸਪੋਰਟ ਕਰਨਾ ਹੀ ਪੈ ਜਾਏ ਤਾਂ ਵੀ ਵੀ ਸ਼ੁੱਡ ਨੋ ਸਾਡੇ ਕੋਈ ਐਮਬੂਲੈਂਸ ਫੈਸਿਲਿਟੀ ਨਹੀਂ ਅੱਛੀ ਨਹੀਂ ਸੀਗੀ ਪਲੱਸ ਇੱਕ ਆਈਸੋਲੇਸ਼ਨ ਵਾਰਡ ਅਸੀਂ ਕੋਈ ਇੱਕ ਤੇ 6 ਬੈੱਡ ਨੇ ਇੱਕ ਚ 4 ਬੈੱਡ ਨੇ ਕਿਤੇ ਤੱਕ ਯੂਜ਼ ਨਹੀਂ ਹੋਇਆ ਆਬਵੀਅਸਲੀ ਵੈਦਰ ਇਵਰ ਇਵਰ ਬੜੇ ਖੁਸ਼ ਕਿ ਕਿਸਮਤ ਹੈ ਕਿ ਹਰ ਤੇ ਯੂਜ਼ ਨਹੀਂ ਹੋਇਆ ਬਟ ਆਈਸੋਲੇਸ਼ਨ ਵਾਰਡ ਵੀ ਉੱਥੇ ਮੇਨਟੇਨ ਕੀਤਾ ਹੋਇਆ ਸੋ ਥੈਟ ਸਾਡੇ ਕੋਲ ਇਨ ਐਨੀ ਇਨਵੈਸਚੁਐਲਟੀ ਅਸੀਂ ਯੂਜ਼ ਕਰ ਸਕੀਏ ਡਾਕਟਰ ਸਾਹਿਬ ਜਿਹੜੇ ਸਟੂਡੈਂਟ ਬਟ ਉਹਨਾਂ ਦੀ ਕਾਉਂਸਲਿੰਗ ਕੀਤੀ ਜਾ ਰਹੀ ਜੇ ਉਹਨਾਂ ਨੂੰ ਕਿ ਐਨੀ ਕਾਈਂਡ ਆਫ ਜੇ ਸਿੰਪਟਮਸ ਹੈਗੇ ਨੇ ਤੇ ਉਹ ਆਪੇ ਹੀ ਸਾਹਮਣੇ ਆ ਜਾਂਦੇ ਬਿਲਕੁਲ ਜੀ ਐਬਸੋਲੂਟਲੀ ਕਿਉਂਕਿ ਹਰ ਹੈਲਥ ਜਿਹੜੇ ਡਾਕਟਰ ਸਾਡੇ ਹੈਗੇ ਨੇ ਇਹਨਾਂ ਦੀ ਡਿਊਟੀ ਹੈ ਕਿ ਜਿਹੜਾ ਹੋਸਟਲ ਜਾ ਕੇ ਜਿੱਥੇ ਬੱਚਿਆਂ ਨੂੰ ਜਾ ਕੇ ਮਿਲਣਾ ਤੇ ਗੱਲ ਕਰਨੀ ਪਲੱਸ ਨਰਸਸ ਹਰ ਹੋਸਟਲ ਦੇ ਵਿੱਚ ਤੇ ਸਾਡੇ ਬਾਕੀ ਵੀ ਫਾਰਮਾਸਿਸਟ ਵੀ ਜਾਂਦੇ ਨੇ ਬਟ ਓਨ ਦੀ ਹੋਲ ਐਟ ਪ੍ਰੈਸੈਂਟ ਅਸੀਂ ਸੇਫ ਆ ਉਹ ਕੱਲ ਕੀ ਹਾਲਾਤ ਹੋਣੇ ਆ ਹਫਤੇ ਬਾਅਦ ਕੀ ਹੋਣੇ ਸਾਨੂੰ ਨਹੀਂ ਪਤਾ ਅੱਜ ਤੱਕ ਤਾਂ ਕੋਈ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਐਂਡ ਮੇਰਾ ਖਿਆਲ ਹੈ ਕਿ ਗ੍ਰੈਜੂਅਲੀ ਜਿੱਦਾਂ ਕਿ ਨੈਕ ਨਿਕ ਅਵੇਅਰਨੈਸ ਆ ਚੁੱਕੀ ਹੈ 7-8 ਮਹੀਨਿਆਂ ਦੇ ਬੱਚਿਆਂ ਦੇ ਬੱਚੇ ਤਾਂ ਵੈਸੇ ਬੜੇ ਇੰਟੈਲੀਜੈਂਟ ਅੱਜਕੱਲ ਦੇ ਆ ਗਏ ਟਾਈਮ ਹੀ ਬੜਾ ਚੇਂਜ ਹੋ ਗਿਆ ਹੈ ਬੜੇ ਸ਼ਾਰਪ ਨੇ ਵੈਲ ਅਵੇਅਰ ਨੇ ਸਰ ਹੁਣ ਅੱਜ ਜੇ ਸੇਅਰ ਕਰਦੇ ਵੇਖਿਆ ਸਾਰਾ ਨੌਲ ਸਾਰਿਆਂ ਨੇ ਮਾਸਕ ਪਾਏ ਹੋਏ ਸੀਗੇ ਐਂਡ ਦੇਰ ਦੋ ਗਰੁੱਪ ਤਾ ਜ਼ਰੂਰ ਸੀ ਘਾਤ ਤੇ ਨਾ ਚੋਂ ਪੰਜਾ ਦਾ ਇਕੱਠਾ ਬੈਠ ਰਿਹਾ ਮਤਲਬ ਕੋਈ ਇਦਾਂ ਦੀ ਗੱਲ ਨਹੀਂ ਸੀ ਜਿੱਦਾਂ ਪਹਿਲਾਂ ਹੱਸਦੇ ਹੁੜਦੇ ਹੁੰਦੇ ਸੀਗੇ ਦੇ ਅਸਟੀਲ ਮੇਨਿੰਗ ਸੋਸ਼ਲ ਡਿਸਟੈਂਸ ਕਰ ਰਹੇ ਆ ਡਾਕਟਰ ਸਾਹਿਬ ਜਿਹੜੇ ਫਾਈਨਲੀ ਦੇ ਸਟੂਡੈਂਟਸ ਬੁਲਾਗੇ ਇਹਨਾਂ ਦੇ ਐਗਜ਼ਾਮੀਨੇਸ਼ਨ ਤੁਸੀਂ ਫਾਈਨਲ ਪੇਪਰ ਕਦੋਂ ਲੈਣੇ ਸ਼ੁਰੂ ਕਰੋਗੇ ਤੇ ਉਹਨੂੰ ਲੈਣ ਲਈ ਕੀ ਪ੍ਰਿਕਾਸ਼ਨਜ਼ ਲਈਆਂ ਜਾ ਰਹੀਆਂ ਅਸੀਂ ਜਿਹੜਾ ਜਿਹੜਾ ਜੀ ਥਿਊਰੀ ਕਲਾਸਸ ਆਲਮੋਸਟ 70 80 ਪਰਸੈਂਟ ਮੁੱਕ ਚੁੱਕ ਬਟ ਜਿਹੜਾ ਰਿਮੇਨਿੰਗ ਜਿਹੜਾ ਦੇ ਹੈਂਡਸ-ਆਨ ਟ੍ਰੇਡਿੰਗ ਜਾਂ ਪ੍ਰੈਕਟੀਕਲਸ ਸੀਗਾ ਨਾ ਉਹ ਬੱਚਿਆਂ ਨੂੰ ਹੀ ਅਪਲਾਇਆ ਗਿਆ ਹੈਗਾ ਹੁਣ ਅਸੀਂ ਡਗਲੇ 1.5 ਮਹੀਨੇ ਇੰਟੈਂਸਿਵ ਪ੍ਰੈਕਟੀਕਲ ਟ੍ਰੇਨਿੰਗ ਉਹਨਾਂ ਦੇ ਕਰਨੇ ਕਰਕੇ ਇਹਦੇ ਮੰਥ ਆਫ ਜਨੂਅਰੀ ਵੀਲ ਹੈਵ ਦ ਫਰਸਟ ਸੈਮੈਸਟਰ ਐਗਜ਼ਾਮੀਨੇਸ਼ਨ ਮਲ ਆਡ ਸੈਮੈਸਟਰ ਦਾ ਐਗਜ਼ਾਮੀਨੇਸ਼ਨ ਜਿਹੜਾ ਹੈਗਾ ਮੰਥ ਆਫ ਜਨੂਅਰੀ ਕਰਾ ਇੱਕ ਮਹੀਨਾ ਲੇਟ ਸ਼ੁਰੂ ਕਰਾਂਗੇ ਪਰ ਇਹਨੂੰ ਬਿਯੋਂਡ ਲੇਟ ਨਹੀਂ ਕਰਾਂ ਜੇ ਅਸੀਂ ਇਹਨੂੰ ਬਿਯੋਂਡ ਲੇਟ ਕਰੇ ਸਾਰਾ ਸੈਕੰਡ ਸੈਮੈਸਟਰ ਜਿਹੜਾ ਹੈਗਾ ਜਾਂ ਇਵਨ ਸੈਮੈਸਟਰ ਛੋਟਾ ਹੋ ਜਾਂਦਾ ਫਿਰ ਉਹਨਾਂ ਦੇ ਜਿੰਨਾ ਵੀ ਕਰਟੇਲ ਕਰ ਸਕਦੇ ਕਰੋ ਪਰ ਫੋਰਚਨਟਲੀ ਸਾਡੇ ਟੀਚਰਸ ਇੰਨੇ ਅੱਛੇ ਨੇ ਸਾਡੀ ਯੂਨੀਵਰਸਿਟੀ ਦੇ ਮੈਂ ਆਈ ਮਸਟ ਅਪਰੀਸ਼ੀਏਟ ਔਨ ਰਿਕਾਰਡ ਮੈਂ ਅਪਰੀਸ਼ੀਏਟ ਕਰ ਰਿਹਾ ਕਿ ਕਿ ਉਹਨਾਂ ਨੇ ਕਲਾਸਾਂ ਮੇਰੇ ਕੋਈ ਸੰਕੋਚ ਨਹੀਂ ਕੀਤਾ ਕਦੀ ਕਿਸੇ ਨੇ ਕੋਈ ਆਬਜੈਕਟ ਨਹੀਂ ਕੀਤਾ ਜੇ ਨੈਟ ਨਹੀਂ ਵੀ ਚੱਲਿਆ ਤੇ ਆਪਣੇ ਹੌਟਸਪੌਟ ਲਗਾ ਕੇ ਤਾਂ ਵੀ ਕਲਾਸਾਂ ਲਈਆਂ ਤੇ ਸਾਰਾ ਸਿਲੇਬਸ ਮੁਕਿਆ ਹੋਇਆ ਹੁਣ ਤਾਂ ਪ੍ਰੈਕਟੀਕਲਸ ਕਰਕੇ ਤੇ ਵੀਲ ਵੀਲ ਏਬਲ ਟੂ 70 80 ਪਰਸੈਂਟ ਸਿਲੇਬਸ ਆਲਮੋਸਟ ਕੰਪਲੀਟ ਹੋ ਚੁੱਕਾ ਹੈ lots of ਜਦ ਤੁਸੀਂ ਵਾਈਸ ਚਾਂਸਲਰ ਬਣੇ ਸੀਗੀ ਯੂਨੀਵਰਸਿਟੀ ਦੇ ਇੱਕ ਤੋੜਾ ਪ੍ਰੋਜੈਕਟ ਸੀ ਤੇ ਤੁਸੀਂ ਕਹਿਆ ਸੀ ਪੋਲੂਸ਼ਨ ਫ੍ਰੀ ਕਰਨੀ ਹੈ ਮੈਂ ਪੂਰੀ ਯੂਨੀਵਰਸਿਟੀ ਤੇ ਸਾਈਕਲਿੰਗ 게ਟ ਤੋਂ ਸਾਈਕਲ ਲਏਗਾ ਸਟੂਡੈਂਟ ਤੇ ਅਗੇ ਸਾਈਕਲ ਤੇ ਉਹ ਪ੍ਰੋਜੈਕਟ ਤਰ੍ਹਾਂ ਸਫਲ ਨਹੀਂ ਹੋ ਪਾਇਆ ਇਹਦੇ ਪਿੱਛੇ ਕੀ ਕਰਨਾ ਹੈ ਬੇਸਿਕਲੀ ਹਲੇ ਵੀ ਵਟ ਆਈ ਫੀਲ ਇਸ ਕਿ ਬੱਚੇ ਜਿਹੜੇ ਨਾ ਉਹਨਾਂ ਦੇ ਪੰਜਾਬ ਦਾ ਕਲਚਰ ਹੈ ਕਿ ਦੇ ਡੋਨਟ ਵਾਂਟ ਟੂ ਹੈ ਮੱਚ ਆਫ ਫਿਜ਼ੀਕਲ ਐਕਟੀਵਿਟੀ ਇਨ ਦ ਸੈਂਸ ਕਿ ਹਲੇ ਵੀ ਟੋਰਸ਼ੋਰ ਹੋਵੇ ਚੰਗਾ ਗੱਡੀ ਹੋਵੇ ਇਹ ਹੁੰਦਾ ਪਟਾਣ ਦੀ ਹੋਲੇ ਦਾ ਇਹਦਾ ਪਾਰਸ਼ੀ ਸਕਸੈਸਫੁਲੀ ਸਰਕੇ ਹੋ ਗਿਆ ਕਿ ਦੋਨੋਂ ਫੋਰ ਵਹੀਕਲਸ ਦੀ ਪਾਰਕਿੰਗ ਫੋਰ ਵੀਲਰਸ ਦੀ ਪਾਰਕਿੰਗ ਦੋਨੋਂ ਸਾਈਡ ਤੇ ਹੋ ਗਈ ਸੇ ਟੂ ਵੀਲਰਸ ਅੰਦਰ ਅਲਾਉਡ ਹੈਗੇ ਆ ਵਾਕੀ ਨਹੀਂ ਹੈਗੇ ਬੋਸਤੀ ਬੱਚੇ ਧੁਰ ਕੇ ਆਉਂਦੇ ਨੇ ਮੈਂ ਆਪ ਸਾਈਕਲ ਕਰਦਾ ਹਾਂ ਮੈਂ ਸਾਈਕਲਿੰਗ ਕਰਕੇ ਅੱਜ ਵੀ ਸ਼ਾਮੀ 5-7 ਕਿਲੋਮੀਟਰ ਕੀਤੀ ਹੈ ਇਹ ਇਹ ਹੁਣ ਦੁਬਾਰਾ ਲਾਂਚ ਕਰਾਂਗੇ ਵਿਦ ਟਾਈਮ ਵੋਲੰਟੇਰੀਲੀ ਅਗੇਨ ਉਹ ਵੀ ਵੋਲੰਟਰੀ ਸੀਗਾ ਪਰ ਜਿਹੜੇ ਕੰਪਨੀ ਸੀਗੇ ਜਦੋਂ ਇਟ ਵਾਸ ਨਾਟ ਅ ਯੂਨੀਵਰਸਿਟੀ ਪ੍ਰੋਜੈਕਟ ਇਹ ਸਾਰੇ ਸਾਨੂੰ ਕਿਸੇ ਐਨਜੀਓ ਨੇ ਆ ਕਿਸੇ ਤਰੀਕੇ ਨਾਲ ਫੋਰਸ ਕੀਤਾ ਸੀਗਾ ਪਰ ਜੋ ਲਾਸ ਜਾਏਗਾ ਪ੍ਰੋਜੈਕਟ ਉਹ ਆਬਵੀਅਸਲੀ ਚਲਾੜਗੇ ਮੇਨਟੇਨੈਂਸ ਸੇ ਨਿਕਲਣੀ ਚਾਹੀਦੀ ਮੇਨਟੇਨੈਂਸ ਨਹੀਂ ਨਿਕਲੀ ਪਰ ਉਹਨੂੰ ਅਸੀਂ ਹੁਣ ਇਮੀਡੀਏਟ ਕੀ ਸੋਚਿਆ ਫਿਰ ਵੀ ਇਸ ਕਿਹਾ ਕਿ ਪੋਲੂਸ਼ਨ ਫਰੀ এনਵਾਇਰ ਅਸੀਂ ਫਿਰ ਹੁਣ ਜਿਹੜੇ ਹੈਗੇ ਆ ਇਲੈਕਟ੍ਰਿਕ ਵਹੀਕਲਸ ਕੀਤੇ ਆ ਤੇ ਇਹਨ ਇਲੈਕਟ੍ਰਿਕਲ ਵਹੀਕਲਸ ਇਨੀਸ਼ੀਅਲ ਐਜ਼ ਐਜ਼ ਅ ਪਾਇਲਟ ਪ੍ਰੋਜੈਕਟ ਉਹ ਸਾਰੇ ਯੂਨੀਵਰਸਿਟੀ ਕੋ ਮੰਡ ਗਏ ਅ ਜਦੋਂ ਖੁੱਲ ਗਈ ਫਿਜ਼ੀਕਲ ਯੂਨੀਵਰਸਿਟੀ ਚੱਲਣੀ ਸ਼ੁਰੂ ਹੋ ਜਾਣੇ ਆ ਜਿਹੜਾ ਬੰਦੀ ਚ ਹੌਪ ਆਨ ਹੌਪ ਆਫ ਹੈ ਜਦੋਂ ਮਜੀ ਚੜ੍ਹਜੋ ਮਜੀ ਉਤਰ ਜੇ ਕੋਈ ਉਹਦਾ ਖਰਚਾ ਨਹੀਂ ਹੈ ਚਾਰਜ ਆਪੇ ਕਰਕੇ ਬੰਦੇ ਆ ਹੀ ਲਗਾ ਕੇ ਤੋਰ ਦੇਣੇ ਹੈਗੇ ਆ ਉਹ ਸ਼ੁਰੂ ਕਰਾਂਗੇ ਜੇ ਸਾਡੇ ਇਹ ਪ੍ਰੋਜੈਕਟ ਸਕਸੈਸ ਤਾਂ ਵੀ ਸਾਡਾ ਅਲਟੀਮੇਟ ਏਮ ਤੇ ਇਹ ਸੀਗਾ ਕਿ ਪੋਲੂਸ਼ਨ ਫ੍ਰੀ এনਵਾਇਰਨਮੈਂਟ ਦੇਣੀ ਉਹ ਫਿਰ ਵੀ ਹੋ ਜਾਂਦਾ ਹਲੇ ਤਿੰਨ ਹੈਗੇ ਨੇ will gradually will end up ਦੱਸੋ ਕਿਆ ਇਹਨਾਂ ਨੂੰ ਗੇਟ ਤੇ ਜਿਹੜੇ ਇਲੈਕਟ੍ਰਿਕ ਵਾਹਨ ਤੁਸੀਂ ਚਲਾਣੇ ਆ ਗੇਟ ਤੇ ਰੱਖਿਆ ਜਾਏਗਾ ਵੀ ਉੱਥੋਂ ਸਟੂਡੈਂਟ ਮੂਵ ਕਰਨ ਸਟਾਫ ਮੂਵ ਕਰੇ ਇਨੀਸ਼ੀਅਲੀ ਤਾਂ ਸਾਡਾ ਇੱਕ ਸ਼ਾਇਦ ਤੁਸੀਂ ਵੇਖਿਆ ਹੋਣਾ ਕਿ ਇੱਕ ਕੈਂਪਸ ਦਾ ਸਾਡਾ ਜਿਹੜਾ ਪੁਰਾਣਾ ਕੈਂਪਸ ਸੀ ਜਿਹੜਾ ਜਿਹੜਾ ਹੁਣ ਕੈਂਪਸ ਹੈਗਾ ਇੱਕ ਅਸੀਂ ਨਵੇਂ ਏਰੀਆ ਡਿਵੈਲਪ ਕੀਤੇ ਜਿਹੜਾ ਜਿੱਥੇ ਸਾਡੇ ਸਕੂਲ ਆਫ ਐਜੂਕੇਸ਼ਨ ਹੈ ਯੂਨੀਵਰਸਿਟੀ ਆਫ ਟੈਕਨੋਲੋਜੀ ਹੈ ਸਕੂਲ ਆਫ ਐਗਰੀਕਲਚਰ ਹੈ ਇਹ ਸਾਰਾ ਇੱਕ ਡਿਫਰੈਂਟ ਜਗ੍ਹਾ ਤੇ ਕਾਫੀ ਦੂਰ ਹੈ ਆਲਮੋਸਟ 1.5 ਕਿਲੋਮੀਟਰ 2 ਕਿਲੋ

ਪਹਿਲਾਂ ਅਸੀਂ ਉਸ ਪ੍ਰੋਜੈਕਟ ਚਲਾਵਾਂਗੇ ਕਿਉਂਕਿ ਉੱਥੋਂ ਬੱਚਿਆਂ ਨੇ ਖਾਣਾ ਖਾਣ ਵਾਸਤੇ ਆਉਣਾ ਹੁੰਦਾ ਲੰਚ ਵਾਸਤੇ ਹੋਸਟਲ ਦੇ ਵਿੱਚ ਉਹਨਾਂ ਫੈਸਿਲਿਟੀ ਪ੍ਰੋਵਾਈਡ ਕਰਾਂਗੇ ਜੇ ਸਾਡਾ ਸਕਸੈਸਫੁਲ ਹੋਏ ਪਹਿਲਾਂ ਕਿਉਂ ਵੀ ਵਾਂਟ ਟੂ ਬੀ ਵੈਰੀ ਸ਼ੋਰ ਕਿ ਅਸੀਂ ਇਹਨਾਂ ਨੂੰ ਫਿਰ ਅਸੀਂ ਫਿਰ ਅਸੀਂ ਕਾਫੀ ਫਿਰ ਲੜੇ ਹਾਲ ਤਾਂ ਇਹਨਾਂ ਲੈ ਆਏ ਨੇ ਫਿਰ ਅਸੀਂ ਪੰਜ ਸੱਤ ਤੋਰ ਲਾਵਾਂਗੇ ਫਿਰ ਇਹ ਇਦਾਂ ਜਿਦਾ ਤੁਸੀਂ ਕਹਿੰਦੇ ਗੇਟ ਤੋਂ ਚੱਲਿਆ ਕਰੇਗਾ ਕੁਮੀ ਜਾਇਆ ਕਰੇ ਕੰਟੀਨਿਊਲੀ ਚੱਲੀ ਜਾਏਗਾ ਫਿਰ ਅਸੀਂ ਸਟਾਪਸ ਬਣਾ ਦੇਣੇ ਆਂ ਡਿਫਰੈਂਟ ਪਲੇਸਿਸ ਦੇ ਵਿੱਚ ਕਿ ਕੋਈ ਸਟਾਪ ਜਿਦਾ ਐਡਮਿਨਿਸਟ੍ਰੇਟ ਬਲੌਕ ਦੇ ਸਾਹ ਤੇ अदरवाइज ਵੀ ਦੇਖੋ ਸਾਡਾ ਕੈਂਪਸ ਪ੍ਰੋਬਬਲੀ ਵਨ ਆਫ ਦੀ ਓਨਲੀ ਕੈਂਪਸਸ ਇਨ ਦੀ ਕੰਟਰੀ ਜਿੱਥੇ ਸੋਲਰ એનર્ਜੀ ਯੂਜ਼ ਕਰ ਰਹੇ ਆ ਜ਼ੀਰੋ ਡਿਸਚਾਰਜ ਕੈਂਪਸ ਹੋ ਗਿਆ ਸਾਡਾ ਜਿੰਨੀ ਵੀ ਸਾਡਾ ਐਫਲੂਐਂਟ ਹੈਗਾ ਜਿਹੜਾ ਜਿਹੜਾ ਸਾਡਾ ਹੁੰਦਾ ਉਹ ਸਾਰਾ ਐਸਟੀਪੀ ਸਾਡਾ ਆਪਣਾ ਉੱਥੋਂ ਪਰ ਜਿਹੜਾ ਐਫਲੂਐਂਟ ਨਿਕਲਦਾ ਹੈ ਉਹ ਸਾਰਾ ਸਾਰਾ ਐਗਰੀਕਲਚਰ ਵਾਸਤੇ ਵੇਜੀਟਰੀਅਲ ਕਰਨੇ ਯੂਜ਼ ਕਰਦੇ ਆ ਜਿੰਨੇ ਸਾਡੇ ਲੀਫ ਸਟਿਕ ਦੇ ਨੇ ਉਹਨਾਂ ਅਸੀਂ ਉਹਨਾਂ ਦੀ ਕੰਪੋਸਟ ਬਣਾਉਂਦੇ ਆ ਜਿੰਨਾ ਸਾਡਾ ਅਦਰਵਾਇਸ ਡਿਪਾਇਓ ਡਿਗਰੇਡੇਬਲ ਚੀਜ਼ ਆ ਉਹ ਅਸੀਂ ਵਰਮੀ ਕੰਪੋਸਟ ਬਣਾਉਂਦੇ ਆ ਸੋ ਸਾਡਾ ਇਸ ਕਰਕੇ ਸਾਡਾ ਔਨ ਦੀ ਹੋਲ ਜੇ ਬਾਇਓਡਿਵਰਸਿਟੀ ਗੈਟ ਦੀ ਸੈਕੰਡ ਕਲੀਨੈਸਟ ਕੈਂਪਸ ਦੀ ਐਕਚੁਅਲੀ ਸੈਕੰਡ ਕਲੀਨ ਜੇ ਯੂਨੀਵਰਸਿਟੀ ਫਰਸਟ ਹੈ ਉਹ 10 ਸੈਕੜਾਂ ਦੀ ਹੈ ਤੇ ਅਸੀਂ ਸਾਡੇ ਕੋਲ 500 ਏਕੜੇ 500 ਏਕੜੇ ਜੇ ਸੈਕੰਡ ਕਲੀਨਰਸ 뎃 ਮੀ ਟੈਕਨੀਕਲੀ ਅਸੀਂ 10 ਸੈਕੜ ਮੇਨਟੇਨ ਕਰਨਾ ਬੜਾ ਸੌਖਾ 500 ਏਕੜ ਮੇਨਟੇਨ ਕਰਨਾ ਬੜਾ ਔਖਾ ਪਲੱਸ ਅਸੀਂ ਆਲਮੋਸਟ ਤਿੰਨਾ ਸਾਲਾਂ ਲਾਸਟ ਤਿੰਨ ਸਾਲਾਂ ਵਿੱਚ 30000 ਤੋਂ ਵੱਧ ਅਸੀਂ ਜਿਹੜੇ ਹੈਗੇ ਆ ਟਰੀਜ਼ ਲਗਾਏ ਨੇ ਆਕੇ ਦੇਖੋਗੇ ਇਹ ਜੇ ਲੰਗਸ ਆਫ ਅਮ੍ਰਿਤਸਰ ਜਿਹੜਾ ਹੈਗਾ ਉਹ ਗੁਰਾਂਦੇ ਯੂਨੀਵਰਸਿਟੀ ਹੈਗੀ ਐਂਡ ਐਂਡ ਲੋਕ ਕਿ ਸਰਕਰ ਨਾਲ ਦੇ ਨੇ ਆਕੇ ਐਂਡ ਦੇ ਫੀਡਰ ਪਲੇਅਰ ਆਫ ਇਟ ਕੀ ਅਸੀਂ 얘 ਤੇ ਕੰਪਲੀ ਡਾクター 51 ਸਾਲ 골ਡਨ ਜੁਬਲੀ ਪਲੱਸ 1 ਇਅਰ ਤੁਹਾਡਾ ਪੂਰਾ ਹੋਣ ਜਾ ਰਿਹਾ ਜੀ ਇੱਕ ਦਿਨ ਬਾਅਦ ਤੇ ਤੁਸੀਂ ਡਾਕਟਰ ਕੀ ਸਮਝਦੇ ਹੋ ਇਹਨਾਂ ਕੁੰਜਿਆਂ ਸਾਲਾਂ ਦੇ ਵਿੱਚ ਯੂਨੀਵਰਸਿਟੀ ਨੇ ਕਿਆ ਅਚੀਵਮੈਂਟਸ ਪੂਰੀਆਂ ਕੀਤੀਆਂ ਔਰ ਕਿਹੜੀ ਅਚੀਵਮੈਂਟ ਜਿਹੜੀ ਕਿਹੜੀ ਤੁਹਾਡਾ ਕਿਉਂਕਿ ਤੁਸੀਂ ਯੂਜੀਸੀ ਦੇ ਵੀ ਸੈਕਟਰੀ ਰਹੇ ਹੋ ਤੇ ਕਿਆ ਮੈਂਬਰ ਵੀ ਰਹੇ ਹੋ ਤੇ ਸਰ ਕਿਆ ਯੂਨੀਵਰਸਿਟੀ ਨੂੰ ਹਜੇ ਹੋਰ ਕਰਨਾ ਬਾਕੀ ਹੈ ਦੇਖੋ ਗੱਲ ਇਹ ਹੈ ਕਿ ਅੱਜਕੱਲ ਜ਼ਮਾਨਾ ਹੈਗਾ ਇੱਕ ਕੰਪੈਰੀਜ਼ਨ ਹੁੰਦੀ ਹੈ ਇੱਕ ਯੂਨੀਵਰਸਿਟੀ ਦੂਜੇ ਦੇ ਯੂਨੀਵਰਸਿਟੀ ਨਾਲ ਆ ਲਾਸਟ 10 ਸਾਲਾਂ ਦੇ ਵਿੱਚ ਜੋ ਕੁਝ ਹੋਇਆ ਕਿ ਅਸੀਂ ਤੰਦਰਸੇ ਤੋਂ ਆਪ ਹੀ ਕਹਿ ਦਿੱਤਾ ਕਿ ਅਸੀਂ ਕੈਟਾਗਰੀ 1 ਯੂਨੀਵਰਸਿਟੀ ਡਿਕਲੇਅਰ ਹੋਏ ਹਾਂ ਕੈਟਾਗਰੀ 1 ਯੂਨੀਵਰਸਿਟੀ ਉਹ ਯੂਨੀਵਰਸਿਟੀ ਹੈ ਜੇ ਟਾਪ ਰੈਂਕਿੰਗ ਯੂਨੀਵਰਸਿਟੀ ਇਨ ધ ਕੰਟਰੀ ਹੁੰਦੀਆਂ ਐਂਡ ਐਂਡ ਸਾਨੂੰ ਇਹ ਬੜਾ ਮਾਣ ਨਾਲ ਸੀ ਕਹਿੰਨੇ ਆ ਕਿ ਕੈਟਾਗਰੀ 1 ਯੂਨੀਵਰਸਿਟੀ ਆਫ ਪੰਜਾਬ ਐਂਡ ਹਿਮਾਚਲ ਅਸੀਂ ਆਂ ਨਾ ਪੰਜਾਬ ਯੂਨੀਵਰਸਿਟੀ ਕੈਟਾਗਰੀ 1 ਐਂਡ ਨਾ ਪੰਜਾਬੀ ਯੂਨੀਵਰਸਿਟੀ ਕੈਟਾਗਰੀ 1 ਵੀ ਆਰ ਕੈਟਾਗਰੀ 1 ਯੂਨੀਵਰਸਿਟੀ ਸੋ ਇੱਕ ਤਾਂ ਇਹ ਸਾਡਾ ਐਡ ਲੈਵਲ ਡੈਸ਼ ਲੈਵਲ ਤੇ ਪਲੱਸ ਅਜਿਹਾ ਜਮਾਨਾ ਇਹ ਹੋ ਗਿਆ ਕਿ ਤੁਸੀਂ ਜਿੰਨਾ ਚਿਰ ਇਨੋਵੇਟ ਨਹੀਂ ਕਰੋਗੇ ਜਿੰਨਾ ਚਿਰ ਤੁਸੀਂ ਨਵੇਂ ਕੋਰਸਿਸ ਨਹੀਂ ਸ਼ੁਰੂ ਕਰੋਗੇ ਤੁਹਾਡਾ ਤੁਹਾਡੀ ਯੂਨੀਵਰਸਿਟੀ ਸਰਵਾਈਵ ਨਹੀਂ ਕਰ ਸਕਦੀ ਤੁਸੀਂ ਆਲਰੇਡੀ ਤੁਸੀਂ ਦੇਖਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਫਾਈਨੈਂਸ਼ੀਅਲ ਕ੍ਰਾਈਸਿਸ ਅ ਕ੍ਰਾਈਸਿਸ ਇਹ ਸਰ ਕੀ ਹੈ ਕਿ ਉਹਨਾਂ ਦੇ ਰਿਸੋਰਸਸ ਕੱਟਨੇ ਸੋ ਤੁਹਾਨੂੰ ਫਾਈਨੈਂਸ਼ੀਅਲ ਵਾਇਬਿਲਿਟੀ ਲਿਆਉਣ ਵਾਸਤੇ ਐਂਡ ਫਰਦਰ ਇਨਸ਼ੋਰਿੰਗ ਤੁਹਾਡੇ ਜਿਹੜੇ ਬੱਚੇ ਅਮਰੀਕਾ ਜਾਂ ਕੈਨੇਡਾ ਨਾ ਜਾਣ ਜਾਂ ਆਸਟ੍ਰੇਲੀਆ ਨਾ ਜਾਣ ਉਹ ਉਹ ਜਿੰਦਗੀ ਵਾਲੀ ਸੌਖੀ ਤਾਂ ਹੈ ਨਹੀਂ ਸਟਿਲ ਜਿੰਦਾ ਵੀ ਔਖੇ ਹੋ ਕੇ ਜਾਂਦੇ ਆ ਤੁਹਾਨੂੰ ਉਹਨਾਂ ਨੂੰ ਆਲਟਰਨੇਟਿਵ ਦੇਣਾ ਪੈਗਾ ਇਨ ਦਿਸ ਯੂਨੀਵਰਸਿਟੀ ਦੈਟ ਯੂ ਆ ਦੈਟ ਸੇਮ ਕਾਈਂਡ ਆਫ ਐਜੂਕੇਸ਼ਨ ਤੁਸੀਂ ਇੱਥੇ ਪ੍ਰੋਵਾਈਡ ਕਰੋ ਸੋ ਦੈਟ ਤੁਹਾਨੂੰ ਇੱਥੋਂ ਬਾਹਰ ਨਾ ਜਾਣ ਆਨ ਦੀ ਹੋਲ ਤੁਸੀਂ ਦੇਖੋਗੇ ਇਸ ਯੂਨੀਵਰਸਿਟੀ ਆ ਜਿੰਨੀਆਂ ਵੀ ਪੰਜਾਬ ਦੀਆਂ ਹੈਗੀਆਂ ਉਹਨਾਂ ਦੀ ਐਡਮਿਸ਼ਨਸ ਘਟੀਆਂ ਨੇ ਫੋਰਚੂਨੇਟਲੀ ਦਿਸ ਯੂਨੀਵਰਸਿਟੀ ਫਾਰ ਲਾਸਟ 3 ਇਅਰਸ ਸਾਡੀ ਐਸਐਲ ਬੀਬੀ ਪਰਸੈਂਟ ਡਿਵੀਜ਼ਨ ਵਧੀ ਹੈ ਇਨ ਕੋਰੋਨਾ ਟਾਈਮਸ ਵਿਚ ਇਜ਼ ਅਬੇਜ਼ਿੰਗ ਅਸੀਂ ਮੈਲੇ ਜਿਹੜਾ ਅਸੀਂ ਵੀ ਇਮੇਜਿਨ ਨਹੀਂ ਸੀ ਕਰਦਾ ਸੀ ਸੋਚਿਆ ਮੇਨਟੇਨ ਕਰ ਲਈ ਬੜੀ ਵੱਡੀ ਗੱਲ ਹੈ ਪਰ ਦਿਸ ਅਗੇਨ ਟਵੈਂਟੀ ਕਿੰਨਾ ਕਿੰਨਾ ਯੂਨੀਵਰਸਿਟੀ ਰੈਪਿਊਟੇਸ਼ਨ ਵਧ ਰਹੀ ਹੈ ਜਹੜੀ ਖੜੀ ਕਰਕੇ ਬੈਟਰ ਕਰੀ ਜਾਵਾਂਗੇ ਤੇ ਵੀਲ ਗੋ ਆਨ ਡੂਇੰਗ ਬਟ ਹਾਂ ਉਹ ਕਲਚਰ ਵਰਕ ਕਲਚਰ ਮੈਂਕ ਉਸਮੇ ਕਾਫੀ ਆਰਗੇਨ ਫੈਡਰੇਸ਼ਨ ਸੈਕਟਰੀ ਜਨਰਲ ਵੀ ਸੀਗਨ ਵਾਈਸ ਪ੍ਰੈਜ਼ੀਡੈਂਟ ਵੀ ਹੈ ਇੰਟਰ ਫਿਮਸ ਵੀ ਰਾਈਟ ਰੈਸ਼ ਫੈਡਰੇਸ਼ਨ ਆਫ ਸਪੋਰਟਸ ਮੈਡੀਸਿਨ ਵੀ ਹੈ ਬੜੀ ਯੂਨੀਵਰਸਿ ਹਲੇ ਵੀ ਸਾਡੇ ਵਿੱਚ ਜਿਹੜਾ ਇੰਡੀਅਨ ਕਲਚਰ ਜਿਹੜਾ ਹੈਗਾ ਨਾ ਉਹ ਕਸਾਈ ਮਾਰਨ ਦਾ ਕਲਚਰ ਹੈਗਾ ਉਹ ਥੋੜਾ ਚੇਂਜ ਹੋ ਜਾਵੇ ਸਾਡੇ ਬਹੁਤ ਚੇਂਜ ਹੋਇਆ ਹੈ ਤੇ ਬਹੁਤ ਲੋਕੀ ਅੱਛੇ ਨੇ ਪਰ ਫਿਰ ਹੋਰ ਬੈਟਰ ਹੋਏਗਾ ਤੇ ਇਹ ਫਿਰ ਅਸੀਂ ਰਾਈਸ ਕਰਾਂਗੇ ਹੁਣ ਉਹ ਜ਼ਮਾਨਾ ਹਟ ਗਿਆ ਕਿ ਵਾਈਸ ਚਾਂਸਲਰ ਜਿਹੜਾ ਵਾਈਸ ਚਾਂਸਲਰ ਵਾਈਸ ਚਾਂਸਲਰ ਕੁਝ ਨਹੀਂ ਵਾਈਸ ਚਾਂਸਲਰ ਇਜ਼ ਅ ਚੀਫ ਐਗਜ਼ੀਕਟਿਵ ਆਫੀਸਰ ਉਹਦਾ ਕੰਮ ਹੀ 24 ਘੰਟੇ ਇਹੀ ਹੈਗਾ ਕਿ ਤੂੰ ਸੀ ਦੈਟ ਦੈਟ ਉਹਦੀ ਵਾਇਬਿਲਟੀ ਯੂਨੀਵਰਸਿਟੀ ਦੇ ਰਵੇ ਜੇ ਜੇ ਉਹ ਗੱਲਾਂ ਜਿਹੜੀਆਂ ਸੀਗੀਆਂ ਵਿਸ਼ਵ ਸਾਬਿਸ਼ਨ ਇੱਕ ਸਮੁੰਦੀ ਦੇ ਟਾਈਮ ਤੇ ਜਾਂ ਉਹਨਾਂ ਤੋਂ ਬਾਅਦ ਕਰੇ ਵਾਲ ਸਾਹਿਬ ਦੇ ਟਾਈਮ ਤੇ ਬਲ ਸਾਹਿਬ ਦੇ ਟਾਈਮ ਤੇ ਉਹ ਗੱਲਾਂ ਹੁਣ ਨਹੀਂ ਹੈ ਹੁਣ ਹੁਣ ਵਾਈਸ ਚਾਂਸਲਰਸ਼ਿਪ ਇਜ਼ ਮੋਰ ਆਫ ਆਫ ਅ ਮੈਨੇਜਰੀਅਲ ਜੌਬ ਜਿਹਦੇ ਵਿੱਚ ਫਾਈਨੈਂਸ਼ੀਅਲ ਵਾਇਬਿਲਟੀ ਇਨੋਵੇਸ਼ਨ ਨਵੇਂ ਕੋਰਸੇ ਸ਼ੁਰੂ ਕਰਨੇ ਸਟੂਡੈਂਟਸ ਦੀ ਵੈਲਫੇਅਰ ਇਹ ਬਹੁਤ ਜੁੜੀ ਹੈ ਜਦੋਂ ਅੱਜ ਕੋਈ ਪੁੱਛ ਰਿਹਾ ਸੀ ਮੈਨੂੰ ਕਿ ਵਾਈਸ ਚਾਂਸਰ ਤੁਹਾਨੂੰ ਇੱਥੇ ਇੱਥੇ ਯੂਨੀਵਰਸਿਟੀ ਦੇ ਵਿੱਚ ਉਹ ਪੜ੍ਹ ਕੇ ਗਿਆ ਕਹਿੰਦਾ ਕਿ ਮੈਂ 5 ਸਾਲ ਪੜਿਆ ਮੈਂ 5 ਸਾਲ ਕੇ BC ਸ਼ਕਲ ਨਹੀਂ ਦੇਖੀ ਮੈਂ ਜਦੋਂ ਕੋਰੋਨਾ ਟਾਈਮ ਤੋਂ ਪਹਿਲਾਂ ਹਰ ਸਟੂਡੈਂਟ ਨੂੰ ਜਾਣਦਾ ਸੀ ਤੇ ਮੈਂ ਹਰ ਸਟੂਡੈਂਟ ਨੂੰ ਸ਼ਾਮ ਨੂੰ ਦੋ ਬੈਚਸ ਵਿੱਚ ਇੱਕ 30 35 40 ਦੇ ਬੈਚਾਂ ਦੇ ਵਿੱਚ ਬੁਲਾਉਂਦਾ ਸੀ ਬੁਲਾ ਕੇ ਉਹ ਆਫਿਸ ਬੈੰਦੇ ਸੀ ਬੈ ਕੇ ਉਹਨਾਂ ਨੇ ਮੁਸ਼ਕਲਾਂ ਦੱਸਦੇ ਸੀ ਕਿ ਸਾਡੇ ਆ ਮੁਸ਼ਕਲਾਂ ਨੇ ਸਾਡਾ ਪ੍ਰੈਕਟੀਕਲ ਨਹੀਂ ਲੱਗ ਰਿਹਾ ਸਾਡੇ ਸਾਡਾ ਹੋਸਟਲ ਗੰਦੇ ਆ ਸਾਨੂੰ ਆ ਫੈਸਿਲਿਟੀ ਚਾਹੀਦੀ ਹੈ अनलेस ਤੁਸੀਂ ਉਹ ਨਹੀਂ ਅਡਰੈਸ ਕਰੋਗੇ ਜਿਹੜੀਆਂ ਉਹਦੀ ਗ੍ਰੀਵੈਂਸਸ ਹੈਗੀਆਂ ਤੁਸੀਂ ਸਰਵਾਈਵ ਨਹੀਂ ਕਰ ਸਕਦੇ ਸੋ ਇਮੀਡੀਏਟ ਅਡਰੈਸਲ ਕਰ ਦੇਈ ਦੀ ਸੀ ਦੈਟਸ ਅ ਐਡਵਾਂਟੇਜ ਆਫ ਇਟ ਅ ਅੰਤ ਸ੍ਰੀ ਆਸ਼ਾ ਸਾਡੇ ਬਲਣ ਕਰੀ ਫਿਰ ਤੁਹਾਨੂੰ ਬਹੁਤ ਬਹੁਤ ਵਧਾਈ ਸ਼ੁਭ ਕਾਮਨਾਵਾਂ 51 ਸਾਲ ਪੂਰੇ ਹੋ ਗਏ ਕਿਹਾ ਤੁਸੀਂ ਕੋਈ ਮੈਸੇਜ ਦੇਣਾ ਚਾਹੋਗੇ ਇਸ ਪੂਰੇ ਜਿਨੇ ਵਿੱਚ 100 ਕਰੀਬ 150 ਕਾਲਜਿਸ ਇਸ ਯੂਨੀਵਰਸਿਟੀ ਦੇ ਅੰਦਰ ਆਉਂਦੇ ਹਨ ਹਜ਼ਾਰਾਂ ਬੱਚੇ ਪੜ੍ਹਦੇ ਨੇ ਉਹਨਾਂ ਨੂੰ ਤੇ ਨਵੀਂ ਜਨਰੇਸ਼ਨ ਨੂੰ ਅ ਬੜਾ ਪਿਛਲੇ ਸੰਕਟ ਚ ਲੰਘ ਰਹੇ ਨੇ ਕਾਲਜ ਕਾ ਉਸ ਐਡਮਿਸ਼ਨਾਂ ਘਟ ਰਹੀਆਂ ਨੇ ਯੂਨੀਵਰਸਿਟੀ ਦਾ ਵਧੀਆ ਵੀ ਆ ਵੀ ਆ ਕੰਫਰਟੇਬਲ ਵੀ ਹੈ ਕੋਈ ਇਸ਼ੂਸ ਨਹੀਂ ਬਟ ਔਨ ਦਿ ਹਾਲ ਫੀਲੀਟਰ ਕਾਲਜ ਜਿਹੜੇ ਵੇਖੋ ਉਹਨਾਂ ਦੇ ਐਡਮਿਸ਼ਨਾਂ ਘਟ ਰਹੀਆਂ ਨੇ ਗ੍ਰੈਜੂਅਲੀ ਕਈ ਕਾਲਜ ਬੰਦ ਹੋਣ ਦੇ ਤੇ ਚਲੇ ਗਏ ਨੇ ਜਿੱਦਾਂ ਕਈ ਕਾਲਜ ਲੰਦਰ ਦੇ ਜਿਹੜੇ ਬਿਲਕੁਲ ਹੀ ਆਲਮੋਸਟ ਨਿਕਲੇ ਜੀ ਐਡਮਿਸ਼ਨ ਹੋ ਰਹੀ ਹੈ ਮੈਂ ਫੇਰ ਰਿਪੀਟ ਕਰਦਾ ਜਿਹੜਾ ਪੰਜ 10 ਮਿੰਟ ਪਹਿਲਾਂ ਰਿਪੀਟ ਕੀਤਾ ਸੀ ਕੁਆਲਿਟੀ ਐਜੂਕੇਸ਼ਨ ਨਹੀਂ ਪ੍ਰੋਵਾਈਡ ਕਰੋਗੇ ਤੁਸੀਂ ਬੰਦ ਹੀ ਹੋਵੋਗੇ ਤੁਹਾਨੂੰ ਇਨੋਵੇਟ ਵੀ ਕਰਨਾ ਹੈ ਕੁਆਲਿਟੀ ਐਜੂਕੇਸ਼ਨ ਦੇ ਬਾਕੀ जड़ा जंडर हैंड काम हूँ कि कोई कली पास कर दो ये कर दो नहीं यू क्वाल ऑनेस्टी इन इन प्रोपार्टी इन एजुकेशन हैज़ टू मेनटेन ता ही सर्वाइव कर सकता तो सर्वाइव नहीं कर सकता। धन्यवाद हमारे साथ बात करने के लिए हम एक बार फिर शुभकामनाएं देते हैं हमारे अपने चैनल डी फॉर यूनिवर्सिटी की तरफ से यूनिवर्सिटी पूरे यूनिवर्सिटी के स्टाफ को यूनिवर्सिटी के वी को इन्होंने कहा है कि कारवंजा साल में बहुत कुछ बदल गया है यूनिवर्सिटी का लेकिन अब जब वी सी नहीं रहा इन्होंने कहा चीफ एग्जीक्यू एग्जीक्यूटिव उसको इन्होंने नाम दिया है वो है एक अफसर की भांति उनको काम करना पड़ता है जब तक क्वालिटी एजुकेशन नहीं देंगे नई इनोवेशन नहीं, नहीं होगी तब तक आप नए जो जनरेशन है उनको ग्रैप कर नहीं कर सकते उनका विदेशों की तरफ जो रुख बढ़ता जा रहा है उनको अपनी तरफ आकर्षित नहीं कर सकते हैं इनकी ओर से एक पोल्यूशन फ्री यूनिवर्सिटी को ज़ीरो पोल्यूशन के का भी जो कार्यभार उठाया गया था उसमें भी ये लगभग लगभग इन्होंने अपना ये पूरा कर लिया है अपना अब अब इनका ये इनका कहना है कि जब भी जब तक इनका कार्यकाल है यूनिवर्सिटी के लिए जो भी बेहतर होगा वह करेंगे जो कॉलेज अच्छी अच्छी एजुकेशन देंगे वही बचेंगे वरना वो बच नहीं पाएंगे यानी कि हमें अच्छी एजुकेशन की तरफ ध्यान देना होगा गुरुनानक देव यूनिवर्सिटी से डी फोर यूनिट्स के लिए दीपक भंडारी की खास रिपोर्ट